ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲਿਊਬਰਡ। ਜੇ ਤੁਹਾਡਾ ਕਿਸੇ ਇੱਕ ਕੰਟਰੀ ਦੇ ਵਿੱਚੋਂ ਬਾਰ ਬਾਰ ਵੀਜ਼ਾ ਰਿਫਿਊਜ਼ ਹੋ ਰਿਹਾ, ਤੁਸੀਂ ਫਿਰ ਵੀ ਉਸੇ ਕੰਟਰੀ ਦਾ ਵੀਜ਼ਾ ਲੈਣਾ ਚਾਹੁੰਦੇ ਹੋ, ਤਾਂ ਵੀਡੀਓ ਨੂੰ ਐਂਡ ਤੱਕ ਦੇਖਣਾ। ਇਹਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਆ ਬਹੁਤ ਕੰਮ ਦੀ ਮਿਲੇਗੀ, ਜੋ ਤੁਹਾਡੀ ਹੈਲਪ ਕਰੇਗੀ ਉਸ ਕੰਟਰੀ ਦੇ ਵਿੱਚ ਵੀਜ਼ਾ ਕੱਢਣ ਦੇ ਵਿੱਚ। ਅਤੇ ਐਵੇਂ ਦੀ ਹੋਰ ਵੀਡੀਓਜ਼ ਦੇਖਣੀਆਂ ਹੋਣ, ਇਸੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਕਿਉਂਕਿ ਐਵੇਂ ਦੀ ਹੋਰ ਵੀਡੀਓਜ਼ ਜਿਹੜੀਆਂ ਨੇ ਇਸ ਚੈਨਲ 'ਤੇ ਆਉਂਦੀਆਂ ਰਹਿਣਗੀਆਂ। ਅਤੇ ਕਾਫੀ ਵੀਡੀਓਜ਼ ਜਿਹੜੀਆਂ ਨੇ ਇਸ ਚੈਨਲ 'ਤੇ ਪਈਆਂ ਹੋਈਆਂ ਨੇ, ਜਾ ਕੇ ਦੇਖ ਸਕਦੇ ਹੋ, ਜਿਹਦੇ ਨਾਲ ਤੁਹਾਨੂੰ ਹੈਲਪ ਮਿਲੇਗੀ ਚੀਜ਼ਾਂ ਨੂੰ ਸਮਝਣ ਦੇ ਵਿੱਚ। ਕਈ ਵਾਰ ਸਾਡੀ ਇੱਕ ਜਿੱਦ ਹੁੰਦੀ ਹੈ ਕਿ ਅਸੀਂ ਸਿਰਫ ਇਸੇ ਕੰਟਰੀ ਦੇ ਵਿੱਚ ਜਾਣਾ, ਅਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਮੂਵ ਨਹੀਂ ਹੋਣਾ। ਇਸ ਚੀਜ਼ ਨੂੰ ਲੈਂਦੇ ਹੋਏ ਅਸੀਂ ਜਿਹੜਾ ਬਾਰ ਬਾਰ ਉਸੇ ਕੰਟਰੀ ਦੇ ਵਿੱਚ ਵੀਜ਼ਾ ਅਪਲਾਈ ਕਰਦੇ ਰਹਿੰਦੇ ਹਾਂ, ਜੇ ਵੀਜ਼ਾ ਰਿਫਿਊਜ਼ ਹੋ ਰਿਹਾ ਤਾਂ। ਬਹੁਤ ਐਵੇਂ ਦੇ ਲੋਕ ਨੇ ਜਿਹੜੇ ਸਾਡੇ ਆਫਿਸ 'ਚ ਵਿਜ਼ਿਟ ਕਰਦੇ ਆ, ਕਾਲ ਕਰਦੇ ਆ, ਉਹਨਾਂ ਦੇ ਕੁਐਸਚਨ ਇਹ ਹੁੰਦਾ ਕਿ ਅਸੀਂ ਕੈਨੇਡਾ ਤੋਂ 5 ਵਾਰੀ ਰਿਫਿਊਜ਼ ਹੋ ਚੁੱਕੇ ਹਾਂ, 10 ਵਾਰ ਰਿਫਿਊਜ਼ ਹੋ ਚੁੱਕੇ ਹਾਂ, ਬਟ ਜਾਣਾ ਅਸੀਂ ਕੈਨੇਡਾ ਹੀ ਹੈ। ਕਾਫੀ ਐਵੇਂ ਦੇ ਲੋਕ ਨੇ ਜਿਹੜੇ ਸ਼ੈਂਗਨ ਜਾਣਾ ਚਾਹੁੰਦੇ ਆ, ਬਟ ਵੀਜ਼ਾ ਨਹੀਂ ਮਿਲ ਰਿਹਾ, 8-10 ਵਾਰੀ ਰਿਫਿਊਜ਼ ਹੋ ਚੁੱਕੇ ਨੇ, ਬਟ ਜਾਣਾ ਸ਼ੈਂਗਨ ਦੇ ਵਿੱਚ ਹੀ ਹੈ। ਸੇਮ ਇਸੇ ਤਰੀਕੇ ਨਾਲ ਆਸਟ੍ਰੇਲੀਆ ਦੀ ਕਹਾਣੀ ਹੈ, ਸੇਮ UK ਵਾਲਿਆਂ ਦੀ ਕਹਾਣੀ ਹੈ, ਸੇਮ US ਵਾਲਿਆਂ ਦੀ ਕਹਾਣੀ ਹੈ। ਅਤੇ ਇਹ ਵੀਡੀਓ ਜਿਹੜੀ ਹੈ ਸਾਂਝੀ ਹੈ ਸਭ ਵਾਸਤੇ, ਕਿਉਂਕਿ ਇਹਦੇ ਵਿੱਚ ਜਿਹੜੇ ਪੁਆਇੰਟਸ ਨੇ ਉਹ ਸਾਰਿਆਂ ਦੇ ਕੰਮ ਆ ਸਕਦੇ ਨੇ। ਅਤੇ ਵੀਡੀਓ ਨੂੰ ਐਂਡ ਤੱਕ ਵੇਖਣਾ, ਕਿਉਂਕਿ ਕਾਫੀ ਪੁਆਇੰਟਸ ਨੇ ਜਿਹੜੇ ਤੁਹਾਨੂੰ ਸਮਝਣੇ ਪੈਣਗੇ। ਸਭ ਤੋਂ ਪਹਿਲਾਂ ਇੱਕ ਚੀਜ਼ ਤੁਹਾਨੂੰ ਸਮਝਣੀ ਪੈਗੀ ਕਿ ਜਿਹੜਾ ਵੀਜ਼ਾ ਅਫਸਰ ਹੈ ਉਹ ਫਾਈਲ ਨੂੰ ਅਸੈਸ ਕਿਵੇਂ ਕਰਦਾ, ਕਿ ਵੀਜ਼ਾ ਅਫਸਰ ਗਲਤੀ ਕਰਦਾ ਕਿ ਨਹੀਂ ਕਰਦਾ। ਰੀਸੈਂਟ ਅਸੀਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਅਸੀਂ ਦੱਸਿਆ ਸੀ ਕਿ ਵੀਜ਼ਾ ਅਫਸਰ ਗਲਤੀਆਂ ਬਹੁਤ ਕਰਦੇ ਜਦੋਂ ਤੁਹਾਡੀ ਫਾਈਲ ਅਸੈਸਮੈਂਟ ਕਰਦੇ ਆ। ਬਹੁਤ ਸੀ ਐਵੇਂ ਦੀ ਐਪਲੀਕੇਸ਼ਨ ਹੁੰਦੀਆਂ ਜਿਹੜੀਆਂ ਚੰਗੀਆਂ ਐਪਲੀਕੇਸ਼ਨ ਹੁੰਦੀਆਂ, ਬਟ ਫਿਰ ਵੀ ਰਿਜੈਕਟ ਬਾਰ ਬਾਰ ਹੋ ਰਹੀਆਂ ਹੁੰਦੀਆਂ ਨੇ, ਅਤੇ ਬਾਰ ਬਾਰ ਤੁਹਾਨੂੰ ਰਿਫਿਊਜ਼ਲ ਦੇਖਣੀ ਪੈਂਦੀ ਹੈ। ਬਟ ਸਿਸਟਮ ਇਹ ਕਿਵੇਂ ਦਾ ਕਿ ਜੇ ਤੁਹਾਡਾ ਰਿਫਿਊਜ਼ ਹੋ ਗਿਆ ਤੁਸੀਂ ਉਹਨੂੰ ਚੈਲੇਂਜ ਨਹੀਂ ਕਰ ਸਕਦੇ। ਸਿਰਫ ਇੱਕ UK ਕੰਟਰੀ ਹੈ ਜਿੱਥੇ ਤੁਹਾਨੂੰ ਚੈਲੇਂਜ ਕਰਨ ਦਾ ਆਪਸ਼ਨ ਮਿਲਦਾ, ਬਟ ਉਹ ਵੀ ਸਿਰਫ ਤੁਸੀਂ 3 ਮਹੀਨੇ ਦੇ ਅੰਦਰ ਅੰਦਰ ਚੈਲੇਂਜ ਕਰ ਸਕਦੇ ਹੋ। ਕੈਨੇਡਾ ਤੁਹਾਨੂੰ ਆਪਸ਼ਨ ਨਹੀਂ ਦੇ ਰਿਹਾ, ਨਾ ਹੀ ਤੁਹਾਨੂੰ ਆਪਸ਼ਨ US ਦਿੰਦਾ, ਨਾ ਹੀ ਸ਼ੈਂਗਨ ਦੀਆਂ ਸਾਰੀ ਕੰਟਰੀਜ਼ ਦਿੰਦੀਆਂ ਨੇ, ਨਾ ਹੀ ਤੁਹਾਨੂੰ ਆਸਟ੍ਰੇਲੀਆ ਇਹ ਆਪਸ਼ਨ ਦਿੰਦਾ। ਯਾਨੀ ਚੈਲੇਂਜ ਤੁਸੀਂ ਇਹਨਾਂ ਕੰਟਰੀਜ਼ ਨਹੀਂ ਕਰ ਸਕਦੇ, ਸਿਰਫ UK ਦੇ ਵਿੱਚ ਚੈਲੇਂਜ ਕਰ ਸਕਦੇ ਹੋ। ਅਤੇ ਚਾਂਸਸ ਹਾਈ ਹੁੰਦੇ ਆ ਕਿ ਵੀਜ਼ਾ ਅਫਸਰ ਤੁਹਾਡੀ ਫਾਈਲ ਨੂੰ ਅਸੈਸਮੈਂਟ ਕਰਨ 'ਚ ਗਲਤੀ ਕਰ ਰਿਹਾ ਹੋਵੇ, ਬਾਰ ਬਾਰ ਤੁਹਾਡੀ ਫਾਈਲ ਜਿਹੜੀ ਹੈ ਰਿਫਿਊਜ਼ ਹੋ ਰਹੀ ਹੋਵੇ ਇਸੇ ਕਾਰਨ ਤੋਂ। ਪਹਿਲੀ ਗੱਲ ਤਾਂ ਇਹ ਉਹਨਾਂ ਵਾਸਤੇ ਨਹੀਂ ਹੈਗੀ ਜੋ ਡਾਕੂਮੈਂਟ ਹੀ ਕੰਪਲੀਟ ਨਹੀਂ ਲਾ ਰਹੇ, ਬਟ ਬਾਰ ਬਾਰ ਫਾਈਲ ਲਾਈ ਜਾ ਰਹੇ ਨੇ। ਉਸ ਤਰੀਕੇ ਨਾਲ ਵੀਜ਼ਾ ਨਹੀਂ ਮਿਲਣ ਵਾਲਾ, ਕਿਉਂਕਿ ਕਈ ਲੋਕ ਇਹ ਸੋਚਦੇ ਆ ਕਿ ਜੇ ਕਿਸਮਤ ਹੋਈ ਤਾਂ ਵੀਜ਼ਾ ਮਿਲ ਜਾਏਗਾ, ਚਲੋ ਲਾ ਕੇ ਦੇਖ ਲੈਂਦੇ ਹਾਂ। ਅਤੇ ਇਹ ਚੀਜ਼ ਕਦੀ ਵੀ ਨਾ ਸੋਚੋ ਕਿ ਕਿਸਮਤ ਹੋਈ ਤਾਂ ਵੀਜ਼ਾ ਮਿਲ ਜਾਏਗਾ, ਕਿਉਂਕਿ ਕਿਸਮਤ ਮੈਂ ਸਿਰਫ ਤਾਂ ਹੀ ਮੰਨਾਂਗਾ ਜੇ ਤੁਸੀਂ ਸਿਰਫ ਪਾਸਪੋਰਟ ਸਬਮਿਟ ਕਰਕੇ ਆ ਰਹੇ ਹੋ ਸ਼ੈਂਗਨ ਦੇ ਵਿੱਚ, ਅਤੇ ਤੁਹਾਡਾ ਵੀਜ਼ਾ ਲੱਗ ਕੇ ਆ ਜਾਏ, ਤੁਹਾਨੂੰ ਮੈਂ ਕਿਸਮਤ ਮੰਨ ਸਕਦਾ। ਕੈਨੇਡਾ ਵਿੱਚ ਤੁਸੀਂ ਜਿਹੜੇ ਡਾਕੂਮੈਂਟ ਅਪਲੋਡ ਨਹੀਂ ਕੀਤੇ, ਤੁਹਾਡਾ ਵੀਜ਼ਾ ਆ ਗਿਆ, ਉਹਨੂੰ ਅਸੀਂ ਕਿਸਮਤ ਮੰਨ ਸਕਦੇ ਹਾਂ, ਬਟ ਵੀਜ਼ਾ ਅਫਸਰ ਤੁਹਾਡੇ ਡਾਕੂਮੈਂਟ ਦੇਖਦਾ। ਇਸ ਕਰਕੇ ਫੋਕਸ ਆਪਣੇ ਡਾਕੂਮੈਂਟਸ 'ਤੇ ਕਰੋ। ਜੇ ਡਾਕੂਮੈਂਟ ਕੰਪਲੀਟ ਨਹੀਂ ਤਾਂ ਮਤਲਬ ਤੁਹਾਨੂੰ ਵੀਜ਼ਾ ਫਾਈਲ ਨਹੀਂ ਕਰਨੀ ਚਾਹੀਦੀ ਉਸ ਕੰਟਰੀ ਦੇ ਵਿੱਚ। ਬਟ ਜੇ ਸ਼ੈਂਗਨ ਵੀਜ਼ਾ ਲੈਣਾ, ਡਾਕੂਮੈਂਟ ਚਾਹੀਦੇ ਨੇ, ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਨੇ। ਅਤੇ ਹੁਣ ਅਸੀਂ 1 by 1 ਹਰ ਇੱਕ ਕੰਟਰੀ ਬਾਰੇ ਗੱਲ ਨਹੀਂ ਕਰਾਂਗੇ, ਸਿਰਫ ਗੱਲ ਕਰਾਂਗੇ ਇੰਪੋਰਟੈਂਟਸ ਪੁਆਇੰਟ 'ਤੇ ਜਿਹੜਾ ਵੀਜ਼ਾ ਅਫਸਰ ਤੁਹਾਡੀ ਫਾਈਲ ਦੇ ਵਿੱਚ ਦੇਖਣਾ ਚਾਹੋ। ਜਿਹੜੀ ਕੰਟਰੀਜ਼ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਮੈਕਸੀਮਮ ਜਿਹੜੀ ਬਾਰ ਬਾਰ ਰਿਫਿਊਜ਼ ਕਰਦੀਆਂ ਨੇ, ਜੇ ਆਪਾਂ ਗੱਲ ਕਰੀਏ US, ਕੈਨੇਡਾ, UK, ਸ਼ੈਂਗਨ, ਆਸਟ੍ਰੇਲੀਆ, ਨਿਊਜ਼ੀਲੈਂਡ, ਜਪਾਨ, ਸਾਊਥ ਕੋਰੀਆ, ਇਹ ਉਹ ਕੰਟਰੀਜ਼ ਨੇ ਜਿਹੜੀਆਂ ਬਾਰ ਬਾਰ ਵੀਜ਼ਾ ਰਿਫਿਊਜ਼ ਕਰ ਦਿੰਦੀਆਂ ਨੇ, ਜਿੱਥੇ ਰਿਫਿਊਜ਼ਲ ਜ਼ਿਆਦਾ ਆਉਂਦੀਆਂ ਨੇ। ਅਤੇ ਇਹਨਾਂ ਕੰਟਰੀਜ਼ ਦੇ ਵਿੱਚ ਇੱਕ ਹੀ ਕੁਐਸਚਨ ਮਾਰਕ ਹੈ ਜਿਹੜਾ ਵੀਜ਼ਾ ਅਫਸਰ ਤੁਹਾਡੀ ਫਾਈਲ 'ਤੇ ਪਹਿਲਾਂ ਹੀ ਲਾ ਦਿੰਦਾ, ਫਾਈਲ ਅਸੈਸਮੈਂਟ ਤੋਂ ਪਹਿਲਾਂ, ਉਹ ਹੈ
ਕਿ ਤੁਸੀਂ ਵੀਜ਼ਾ ਲੈ ਕੇ ਜੇ ਉਸ ਕੰਟਰੀ ਜਾ ਰਹੇ ਹੋ ਤਾਂ ਵਾਪਿਸ ਇੰਡੀਆ ਆਓਗੇ ਜਾਂ ਨਹੀਂ ਆਓਗੇ। ਇਹ ਇੱਕ ਕਾਮਨ ਕੁਐਸਚਨ ਹੈ ਜਿਹੜਾ ਵੀਜ਼ਾ ਅਫਸਰ ਨੂੰ ਜੇ ਸੈਟਿਸਫਾਈ ਤੁਸੀਂ ਕਰਤਾ ਤਾਂ ਤੁਹਾਨੂੰ ਵੀਜ਼ਾ ਮਿਲਣਾ, ਅਦਰਵਾਈਜ਼ ਨਹੀਂ ਮਿਲਣਾ। ਅਤੇ ਜੇ ਤੁਸੀਂ ਇੱਕ ਵਾਰੀ ਰਿਫਿਊਜ਼ ਹੋ ਗਏ ਤਾਂ ਆਪਣੀ ਫਾਈਲ ਦੇ ਵਿੱਚ ਦੇਖੋ ਕਿ ਕਿੰਨੇ ਤੁਸੀਂ ਸਟਰੋਂਗ ਪੁਆਇੰਟ ਦਿੱਤੇ ਸੀ ਜਿਹਦੇ ਕਰਕੇ ਤੁਸੀਂ ਅਪਰੂਵ ਕਰ ਸਕਦੇ ਸੀ ਕਿ ਤੁਸੀਂ ਇੰਡੀਆ ਵਾਪਸ ਆਉਣ ਵਾਲੇ ਹੋ। ਅਤੇ ਵਾਪਸ ਆਉਣ ਦੇ ਰੀਜ਼ਨ ਕਿਹੜੇ ਹੁੰਦੇ ਨੇ? ਸਭ ਤੋਂ ਵੱਡੀ ਰੀਜ਼ਨ ਹੈ ਤੁਹਾਡੀ ਇਨਕਮ, ਕਿ ਤੁਹਾਡੀ ਇੰਡੀਆ ਦੇ ਵਿੱਚ ਇਨਕਮ ਕਿਵੇਂ ਦੀ ਹੈ। ਦੈਨ ਸੈਕਿੰਡ ਜਿਹੜਾ ਸਟਰੋਂਗ ਰੀਜ਼ਨ ਹੈ ਉਹ ਤੁਹਾਡੀ ਫੈਮਿਲੀ, ਕਿ ਤੁਹਾਡੇ ਫੈਮਿਲੀ ਟਾਈਜ਼ ਕਿਵੇਂ ਦੇ ਆ। ਅਤੇ ਨਾਲ ਦੀ ਨਾਲ ਜਿਹੜੀ ਨੈਕਸਟ ਚੀਜ਼ ਦੇਖੀ ਜਾਂਦੀ ਹੈ ਕਿ ਤੁਹਾਡਾ ਪੁਰਾਣਾ ਟਰੈਵਲ ਐਕਸਪੀਰੀਅੰਸ ਕਿਵੇਂ ਦਾ, ਕਿ ਪੁਰਾਣੀ ਟਰੈਵਲ ਹਿਸਟਰੀ ਤੁਹਾਡੀ ਹੈਗੀ ਹੈ, ਤੁਸੀਂ ਘੁੰਮਦੇ ਰਹਿੰਦੇ ਹੋ ਜਾਂ ਨਹੀਂ ਘੁੰਮਦੇ ਰਹਿੰਦੇ। ਕਾਫੀ ਵਾਰੀ ਤੁਸੀਂ ਦੇਖਿਆ ਹੋਗਾ ਜਿਹੜੇ ਟਰੈਵਲ ਬਲੌਗਰ ਨੇ ਉਹ ਡਿਫਰੈਂਟ ਡਿਫਰੈਂਟ ਕੰਟਰੀਜ਼ ਘੁੰਮਦੇ ਰਹਿੰਦੇ ਆ, ਤਾਂ ਉਹਨਾਂ ਨੂੰ ਯੰਗ ਏਜ ਦੇ ਵਿੱਚ ਸ਼ੈਂਗਨ ਵੀਜ਼ਾ ਵੀ ਮਿਲ ਜਾਂਦਾ, UK ਵੀ ਮਿਲ ਜਾਂਦਾ, US ਕੈਨੇਡਾ ਵੀ ਮਿਲ ਜਾਂਦਾ। ਉਹ ਸਿਰਫ ਇਸੇ ਕਰਕੇ ਮਿਲ ਜਾਂਦਾ ਕਿਉਂਕਿ ਉਹਨਾਂ ਦਾ ਪ੍ਰੋਫੈਸ਼ਨ ਬਣਿਆ ਹੁੰਦਾ, ਉਹ ਇਹ ਪ੍ਰੂਫ ਕਰਦੇ ਆ ਕਿ ਸਾਡਾ ਜਿਹੜਾ ਕੰਮ ਹੀ ਘੁੰਮਣਾ ਹੈ ਅਤੇ ਇਸ ਕਰਕੇ ਅਸੀਂ ਤੁਹਾਡੀ ਕੰਟਰੀ 'ਚ ਘੁੰਮਣਾ ਚਾਹੁੰਦੇ ਹਾਂ। ਅਤੇ ਟਰੈਵਲ ਹਿਸਟਰੀ ਉੱਥੇ ਮਾਇਨੇ ਕਰਦੀ ਹੈ, ਟਰੈਵਲ ਹਿਸਟਰੀ ਇਸ ਕੰਮ 'ਚ ਆਉਂਦੀ ਹੈ। ਅਤੇ ਜੇ ਤੁਹਾਡਾ ਇੱਕ ਕੰਟਰੀ 'ਚੋਂ ਵੀਜ਼ਾ ਰਿਫਿਊਜ਼ ਹੋ ਕੇ ਆਇਆ, ਪਹਿਲਾਂ ਇਹ ਦੇਖੋ ਕਿ ਕੀ ਰੀਜ਼ਨ ਨੇ, ਤੁਹਾਡੀ ਇਨਕਮ ਕੀ ਵਾਕਿਆ ਠੀਕ ਹੈਗੀ ਹੈ, ਫੈਮਿਲੀ ਟਾਈਜ਼ ਠੀਕ ਹੈਗੇ ਆ, ਟਰੈਵਲ ਹਿਸਟਰੀ ਹੈਗੀ ਹੈ ਕਿ ਨਹੀਂ। ਜੇ ਤੁਹਾਡੀ ਪਹਿਲਾਂ ਟਰੈਵਲ ਹਿਸਟਰੀ ਚੰਗੀ ਹੈ, ਦੈਨ ਆਪਣਾ ਕੰਮ ਕਰੋ ਆਪਣੇ ਫੰਡਸ 'ਤੇ ਹੋਰ ਅਤੇ ਆਪਣੀ ਇਨਕਮ ਬਾਰੇ। ਅਤੇ ਜੇ ਇਹਨਾਂ ਚੀਜ਼ਾਂ 'ਤੇ ਹੋਰ ਕੰਮ ਕਰਕੇ ਦੈਨ ਅਪਲਾਈ ਕਰੋ। ਜੇ ਤੁਹਾਡੀ ਟਰੈਵਲ ਹਿਸਟਰੀ ਚੰਗੀ ਨਹੀਂ ਹੈ ਤਾਂ ਇੱਕ ਕੰਟਰੀ ਕਿਸੇ ਟਰੈਵਲ ਕਰ ਲਓ, ਦੈਨ ਆਫਟਰ ਦੁਬਾਰਾ ਫਿਰ ਉਸ ਕੰਟਰੀ 'ਚ ਅਪਲਾਈ ਕਰੋ। ਅਤੇ ਬਾਕੀ ਇਹ ਚੀਜ਼ ਉਸ ਟਾਈਮ ਇੰਪਲੀਮੈਂਟ ਨਹੀਂ ਹੁੰਦੀ ਜਦੋਂ ਟਰੈਂਡ ਬਹੁਤ ਵਧੀਆ ਚੱਲ ਰਿਹਾ ਹੁੰਦਾ, ਕਿਉਂਕਿ ਜਿਵੇਂ ਪਿੱਛੇ ਕੈਨੇਡਾ ਅਤੇ ਨਿਊਜ਼ੀਲੈਂਡ ਦਾ ਟਰੈਂਡ ਇੱਕ ਟਾਈਮ ਐਵੇਂ ਦਾ ਸੀ, ਬਹੁਤ ਵੀਜ਼ਾਜ਼ ਆ ਰਹੇ ਸੀ ਉਸ ਟਾਈਮ 'ਤੇ ਜਿਹੜੇ ਰਿਫਿਊਜ਼ ਹੋ ਰਹੇ ਸੀ, ਅਤੇ ਅਸੀਂ ਵੀ ਉਸ ਟਾਈਮ ਸੇਮ ਡੇ ਰੀਅਪਲਾਈ ਕਰਵਾ ਰਹੇ ਸੀ ਅਤੇ ਦੁਬਾਰਾ ਵੀਜ਼ਾ ਦੇਖਣ ਨੂੰ ਮਿਲ ਰਹੀ ਸੀ, ਬਟ ਹੁਣ ਉਹ ਟਰੈਂਡ ਇੰਨਾ ਵਧੀਆ ਨਹੀਂ ਹੈ ਉਸ ਲੈਵਲ 'ਤੇ। ਮੀਨਸ ਤੁਹਾਨੂੰ ਕੰਮ ਕਰਨਾ ਪਏਗਾ ਆਪਣੀ ਟਰੈਵਲ ਹਿਸਟਰੀ 'ਤੇ, ਤੁਹਾਨੂੰ ਟਰੈਵਲ ਹਿਸਟਰੀ ਸਟਰੋਂਗ ਬਣਾਉਣੀ ਪਏਗੀ। ਅਤੇ ਆਪਣੀ ਪ੍ਰੋਫਾਈਲ ਨੂੰ ਦੇਖਦੇ ਹੋਏ ਤੁਸੀਂ ਤੁਹਾਨੂੰ ਡਿਸਾਈਡ ਕਰਨਾ ਪਏਗਾ ਕਿ ਤੁਹਾਨੂੰ ਕਿਸ ਚੀਜ਼ 'ਤੇ ਕੰਮ ਕਰਨਾ। ਇਹਨਾਂ ਚੀਜ਼ਾਂ 'ਤੇ ਕੰਮ ਕਰਕੇ ਦੈਨ ਰੀਅਪਲਾਈ ਕਰੋ, ਅਤੇ ਉਸ ਤੋਂ ਬਾਅਦ ਵੀ ਫਿਰ ਵੀ ਵੀਜ਼ਾ ਰਿਫਿਊਜ਼ ਹੋ ਰਿਹਾ ਅਤੇ ਆਪਣੀ ਪ੍ਰੀਵੀਅਸ ਐਪਲੀਕੇਸ਼ਨ ਦੇਖੋ ਕਿਹੜੀ ਕਾਮਨ ਮਿਸਟੇਕ ਹੈ ਜਿਹੜੀ ਵਾਰ ਵਾਰ ਤੁਸੀਂ ਕਰ ਰਹੇ ਹੋ, ਜਾਂ ਫਿਰ ਤੁਸੀਂ ਕਦੋਂ ਅਪਲਾਈ ਕਰਵਾ ਰਹੇ ਹੋ ਤਾਂ ਉੱਥੇ ਵੀ ਕਾਮਨ ਮਿਸਟੇਕ ਹੋ ਸਕਦੀ ਹੈ, ਕਿ ਪ੍ਰੋਸੈਸ ਕਿਹੜਾ ਜਿਹੜਾ ਨੋਰਮਲ ਸੇਮ ਉਹੀ ਫੋਲੋ ਕੀਤਾ ਜਾ ਰਿਹਾ, ਕਿਉਂਕਿ ਜੇ ਸੇਮ ਚੀਜ਼ਾਂ ਫੋਲੋ ਕੀਤੀਆਂ ਜਾ ਰਹੀਆਂ ਨੇ, ਕਈ ਵਾਰ ਸਾਨੂੰ ਨੌਲੇਜ ਨਹੀਂ ਹੁੰਦੀ ਕਿਸੇ ਇਨਫੋਰਮੇਸ਼ਨ ਦੀ ਜਾਂ ਕਿਸੇ ਪ੍ਰੋਸੈਸ ਦੀ, ਅਸੀਂ ਵਾਰ ਵਾਰ ਉਹੀ ਮਿਸਟੇਕ ਕਰ ਰਹੇ ਹੁੰਦੇ ਜਿਹਦੇ ਕਰਕੇ ਜਿਹੜੇ ਵੀਜ਼ਾ ਰਿਫਿਊਜ਼ ਹੁੰਦੇ ਆ। ਮੈਂ ਛੋਟਾ ਜਿਹਾ ਐਗਜ਼ਾਮਪਲ ਦੇਣਾ ਕਿ ਸ਼ੈਂਗਨ ਦੇ ਵਿੱਚ ਮੈਕਸੀਮਮ ਜਿਹੜਾ ਰੀਜ਼ਨਸ ਹੁੰਦੇ ਨੇ ਵੀਜ਼ਾ ਰਿਫਿਊਜ਼ਲ ਦੇ, ਉਹ ਟਰੈਵਲ ਪਲਾਨ ਨੂੰ ਲੈ ਕੇ ਹੁੰਦੇ ਨੇ। ਤੁਹਾਡਾ ਟਰੈਵਲ ਇੰਸ਼ੋਰੈਂਸ ਸਹੀ ਨਹੀਂ ਲੱਗਾ ਤਾਂ ਵੀਜ਼ਾ ਰਿਫਿਊਜ਼ ਹੋ ਸਕਦਾ, ਤੁਹਾਡੀ ਹੋਟਲ ਬੁਕਿੰਗ ਸਹੀ ਨਹੀਂ ਲੱਗੀ ਤਾਂ ਵੀਜ਼ਾ ਰਿਫਿਊਜ਼ ਹੋ ਸਕਦਾ, ਤੁਹਾਡੀ ਟਰੈਵਲ ਆਈਟਨਰੀ ਪ੍ਰੈਕਟੀਕਲ ਨਹੀਂ ਹੈਗੀ ਤਾਂ ਵੀਜ਼ਾ ਤੁਹਾਡਾ ਰਿਫਿਊਜ਼ ਹੋ ਸਕਦਾ, ਕਿਉਂਕਿ ਉੱਥੇ ਰਿਫਿਊਜ਼ਲ ਦੇ ਰੀਜ਼ਨ ਜ਼ਿਆਦਾ ਨੇ। ਸ਼ੈਂਗਨ ਇਹਨਾਂ ਚੀਜ਼ਾਂ ਨੂੰ ਬਹੁਤ ਦੇਖਦਾ, ਕਿਉਂਕਿ 29 ਕੰਟਰੀਜ਼ ਦਾ ਗਰੁੱਪ ਹੈ, ਉਹਨਾਂ ਨੇ ਸ਼ੈਂਗਨ ਰੂਲਸ ਫੋਲੋ ਕਰਨੇ ਆ, ਉਹਨਾਂ ਨੇ ਉਸ ਚੀਜ਼ਾਂ ਨੂੰ ਦੇਖ ਕੇ ਵੀਜ਼ਾ ਦੇਣਾ। ਇਸ ਕਰਕੇ ਜੇ ਤੁਸੀਂ ਸ਼ੈਂਗਨ ਦੇ ਰੂਲਸ ਫੋਲੋ ਕਰਕੇ ਵੀਜ਼ਾ ਨਹੀਂ ਅਪਲਾਈ ਕਰ ਰਹੇ, ਤੁਹਾਡੇ ਵੀਜ਼ਾ ਹਾਈ ਚਾਂਸਸ ਨੇ ਕਿ ਰਿਫਿਊਜ਼ ਹੋ ਕੇ ਆਏਗਾ। ਸੇਮ ਚੀਜ਼ ਕੈਨੇਡਾ ਵਿੱਚ ਜਿਹੜਾ ਰੀਜ਼ਨ ਹੈ 179B ਦਾ ਹੁੰਦਾ, ਅਤੇ ਉੱਥੇ 3-4 ਪੁਆਇੰਟ ਨੇ ਜਿਹੜੇ ਮੇਨ ਵਾਰ ਵਾਰ ਰਿਪੀਟ ਹੁੰਦੇ ਨੇ, ਤੁਸੀਂ ਉਹਨਾਂ 'ਤੇ ਕੰਮ ਕਰਨਾ। UK ਦੇ ਵਿੱਚ ਉਹ ਰੀਜ਼ਨ ਸਾਫ਼ ਲਿਖ ਕੇ ਦਿੰਦੇ ਆ, ਜੋ ਰੀਜ਼ਨ ਉਹਨੇ ਲਿਖ ਕੇ ਦਿੱਤਾ ਜੇ ਤੁਸੀਂ ਚੈਲੇਂਜ ਕਰ ਸਕਦੇ ਹੋ ਤਾਂ ਉਹਨਾਂ ਨੂੰ ਨਾਲੋਂ ਨਾਲ ਚੈਲੇਂਜ ਕਰ ਦਿਓ ਵਿਦ ਇਨ 3 ਮੰਥ। ਜੇ ਉਹ ਚੀਜ਼ਾਂ ਨੂੰ ਚੈਲੇਂਜ ਨਹੀਂ ਕਰ ਸਕਦੇ ਤਾਂ ਦੈਨ ਉਹਨਾਂ ਚੀਜ਼ਾਂ ਨੂੰ ਠੀਕ ਕਰਕੇ ਫਿਰ ਰੀਅਪਲਾਈ ਕਰੋ। ਆਸਟ੍ਰੇਲੀਆ ਪ੍ਰੋਪਰ ਨਹੀਂ ਲਿਖ ਕੇ ਦਿੰਦਾ, ਬਟ ਉੱਥੇ ਇੱਕ ਸਟਰੋਂਗ ਫਾਈਲ ਚਾਹੀਦੀ ਹੁੰਦੀ ਹੈ, ਚੰਗੀ ਟਰੈਵਲ ਹਿਸਟਰੀ ਦੇ ਨਾਲ ਫਾਈਲ ਜਾਏ, ਇਨਕਮ ਪਰੂਫ ਚੰਗੇ ਹੋਣ, ਉੱਥੇ ਇਹਨਾਂ ਚੀਜ਼ਾਂ ਦਾ ਜੇ ਸਟਰੋਂਗ ਹੈ ਦੈਨ ਹੀ ਆਸਟ੍ਰੇਲੀਆ 'ਚ ਰੀਅਪਲਾਈ ਕਰੋ। ਇੱਕ ਵਾਰੀ ਗਲਤੀ ਕੀਤੀ, ਇੱਕ ਵਾਰੀ ਰਿਫਿਊਜ਼ ਹੋਇਆ ਤਾਂ ਸੈਕਿੰਡ ਟਾਈਮ ਨਾ ਕਰੋ, ਪਹਿਲਾਂ ਪ੍ਰੋਫਾਈਲ 'ਤੇ ਕੰਮ ਕਰੋ, ਦੈਨ ਆਫਟਰ ਵੀਜ਼ਾ ਜਿਹੜਾ ਅਪਲਾਈ ਕਰੋ। ਸੇਮ ਚੀਜ਼ ਨਿਊਜ਼ੀਲੈਂਡ 'ਚ ਹੀ ਫੋਲੋ ਕਰਨੀ ਹੈ।
ਸਾਊਥ ਕੋਰੀਆ 'ਚ ਟਰੈਵਲ ਹਿਸਟਰੀ ਤੋਂ ਬਿਨਾਂ ਵੀਜ਼ਾ ਨਹੀਂ ਆ ਰਹੇ, ਫਰੈਸ਼ ਪਾਸਪੋਰਟ 'ਤੇ ਵੀਜ਼ਾ ਨਾ ਅਪਲਾਈ ਕਰੋ। ਬਹੁਤ ਰੇਅਰ ਕੇਸਿਸ ਨੇ ਜਿਨ੍ਹਾਂ ਨੂੰ ਵੀਜ਼ਾ ਜਿਹੜਾ ਫਰੈਸ਼ ਪਾਸਪੋਰਟ 'ਤੇ ਮਿਲ ਜਾਂਦਾ। ਜਪਾਨ ਦੇ ਵਿੱਚ ਸੇਮ ਹੈ, ਜੇ ਤੁਹਾਡੇ ਕੋਲ ਚੰਗੀ ਕੰਟਰੀਜ਼ ਦੀ ਟਰੈਵਲ ਹਿਸਟਰੀ ਹੈ, ਤੁਹਾਡੇ ਕੋਲ ਸ਼ੈਨਗਨ ਯੂਕੇ ਦੇ ਵਿੱਚ ਤੁਸੀਂ ਟਰੈਵਲ ਕੀਤਾ ਹੋਇਆ, ਜਪਾਨ ਵੀਜ਼ਾ ਈਜ਼ਲੀ ਲੈ ਸਕਦੇ ਹੋ। ਬਟ ਜੇ ਫਰੈਸ਼ ਪਾਸਪੋਰਟ ਹੈ ਤੁਹਾਡਾ, ਬਚ ਕੇ ਕੀ ਹੋ ਸਕਦਾ ਤੁਹਾਡਾ ਰਿਫਿਊਜ਼ਲ ਉੱਥੇ ਦੇਖਣ ਨੂੰ ਮਿਲੇ, ਤਾਂ ਉਸ ਕੇਸ 'ਚ ਜਪਾਨ ਨਾ ਅਪਲਾਈ ਕਰੋ। ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਤੁਸੀਂ ਰੀਅਪਲਾਈ ਕਰ ਸਕਦੇ ਹੋ। ਥੋੜ੍ਹਾ ਵੇਟ ਕਰਕੇ, ਆਪਣੀ ਪ੍ਰੋਫਾਈਲ 'ਤੇ ਕੰਮ ਕਰਕੇ, ਦੈਨ ਤੁਹਾਡਾ ਵੀਜ਼ਾ ਜ਼ਰੂਰ ਨਿਕਲ ਸਕਦਾ। ਬਟ ਜੇ ਤੁਸੀਂ ਬਿਨਾਂ ਕੁਛ ਅਪਡੇਟ ਕੀਤੇ, ਬਿਨਾਂ ਡਾਕੂਮੈਂਟ ਨੂੰ ਚੇਂਜ ਕੀਤੇ, ਬਿਨਾਂ ਕੁਛ ਅਪਡੇਟ ਕੀਤੇ, ਜਾਂ ਫਿਰ ਇਨਫੋਰਮੇਸ਼ਨ ਜਿਹੜੀ ਆ ਉਹ ਸਹੀ ਤਰੀਕੇ ਨਾਲ ਔਰਗਨਾਈਜ਼ ਨਾ ਕਰਕੇ ਬਾਰ ਬਾਰ ਅਪਲਾਈ ਕਰਦੇ ਜਾ ਰਹੇ ਹੋ, ਬਾਰ ਬਾਰ ਰਿਫਿਊਜ਼ਲ ਦੇਖਣ ਨੂੰ ਮਿਲੇਗੀ, ਬਾਰ ਬਾਰ ਤੁਹਾਨੂੰ ਉਹੀ ਜਿਹੜੇ ਆ ਰਿਜ਼ਲਟਸ ਮਿਲਣਗੇ। ਇਹਨਾਂ ਚੀਜ਼ਾਂ 'ਤੇ ਕੰਮ ਕਰੋ, ਦੈਨ ਵੀਜ਼ਾ ਮਿਲ ਸਕਦਾ। ਐਵੇਂ ਦੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ 'ਚ। ਸਤਿ ਸ਼੍ਰੀ ਅਕਾਲ।